प्यारे विद्यार्थियों, सब तो पहला तो तुहाडा स्वागत है। आपां हुण तक दो क्वेश्चन जिहड़े पहला ने उह कीते ने, जिन्हां दे विच इक सीगा नाटक दी परिभाषा अते प्रकिरति, ते सैकंड क्वेश्चन कीता सी नाटक दे तत्। तां आपां अज करांगे नाटक अते रंगमंच। नाटक ते रंगमंच दा आपस दे विच संबंध की है? तां जिहड़ा इक नाटक है उह इक दर्शनी कला है। दर्शनी कला मतलब कि इस नूं आपां रंगमंच दे उत्ते देख सकते हैं। तो नाटक है जिहड़ा उह इक दर्शनी हुनर है, ते नाटक विच जीवन दियां कुछ महत्वपूर्ण घटनावां नूं पात्रां दे राहीं रंगमंच उत्ते एक विशेष वातावरण सिरज के वार्तालाप अते सरीरक कारजां राहीं पेश कीता जांदा है। तो जिहड़ा नाटक है उह इक साहित दा इक अजिहा रूप है जो जदों तक रंगमंच की शो प्राप्त नहीं करता, भाव रंगमंच ते खेड़िया नहीं जा जांदा, उदों तक कोई भी नाटक है जिहड़ा वह सफल नाटक जिहड़ा वह नहीं मन्या जांदा। तां इस करके जिहड़े आधुनिक आलोचक ने दर्शकों नूं भी नाटक का एक प्रमुख तत् मन्नण लगे, भाव के जिन्ना नाटककार दे विच रंगमंच ते दूसरे तत् जरूरी ने, उस तरह नाटक नूं देखण लई दर्शकों का होना जरूरी है। तो भारत दे विच जिहड़े साहित्य नाल संबंधित आचार्या ने, तो उन्होंने साहित्य के दो रूप दसे ने, एक है स्रवै काव्य ते दृश्य काव्य। तो जिहड़ा नाटक है वह दृश्य काव्य का ही एक भेद मन्या जांदा है। नाटक है जिहड़ा वह दृश्य काव्य के अंदर आउंदा है। तो इस तों स्पष्ट हुंदा है कि नाटक है जिहड़ा वह साहित्य का वह रूप है जिहड़ा पढ़न दे नाल नाल मंच उत्ते देखिया भी जा सकदा है। तो इस संबंधी जिहड़े महत्वपूर्ण आचार्य होए ने वह हैगे ने भरत मुनि, जिन्हां ने नाटक बारे अपना ग्रंथ जिहड़ा लिखिया वह हैगा नाट शास्त्र। तो इस तरह नाट शब्द का संबंध केवल नाटक तक ही सीमित नहीं रह जाता, सगों उसका संबंध रंग, अभिनय, नृत्य, संगीत, पहरावे, पात्र अते दर्शकों नाल भी है, भाव रंगमंच दे लई ये सारियां चीज़ां ने जिहड़ियां वो जरूरी ने। तो जिहड़ा नाटक है उस दे विच वार्तालाप है जिहड़ा वो एक बहुत ही महत्वपूर्ण तत् है, पर ਉਹ ਵਾਰਤਾਲਾਪ ਨੇ ਜਿਹੜੇ ਤਾਂ ਹੀ ਸਫਲ ਹੁੰਦੇ ਨੇ ਜੇ ਨਾਟਕ ਨੂੰ ਰੰਗਮੰਚ ਦੇ ਉੱਤੇ ਖੇਡਿਆ ਜਾ ਸਕੇ। ਤਾਂ ਇਸ ਤਰ੍ਹਾਂ ਕਿਸੇ ਵੀ ਨਾਟਕ ਦੀ ਜਿਹੜੀ ਸਫਲਤਾ ਹੈ ਉਹ ਉਸਦੇ ਰੰਗਮੰਚ ਦੇ ਉੱਤੇ ਹੀ ਨਿਰਭਰ ਕਰਦੀ ਹੈ, ਭਾਵ ਕਿ ਉਹ ਨਾਟਕ ਹੈ ਜਿਹੜਾ ਉਹ ਰੰਗਮੰਚ ਉੱਤੇ ਕਿੰਨੀ ਕੁ ਸਫਲਤਾਪੂਰਨ ਦੇ ਨਾਲ ਖੇਡਿਆ ਗਿਆ। ਤਾਂ ਇਸ ਤਰ੍ਹਾਂ ਬੇਸ਼ੱਕ ਕਹਿੰਦੇ ਪ੍ਰਾਤਨ ਸਾਹਿਤ ਵਿੱਚ ਸਾਰੇ ਨਾਟਕਕਾਰਾਂ ਅਤੇ ਪੰਜਾਬੀ ਦੇ ਵਿੱਚ ਚਰਨ ਸਿੰਘ, ਭਾਈ ਵੀਰ ਸਿੰਘ, ਲਾਲਾ ਕਿਰਪਾ ਸਾਗਰ, ਬਾਬਾ ਬੁੱਧ ਸਿੰਘ ਅਤੇ ਵਿਰਜਲਾਲ ਸ਼ਾਸਤਰੀ, ਕਹਿੰਦੇ ਇਹਨਾਂ ਨੇ ਨਾਟਕ ਲਿਖੇ ਸੀ ਪਰ ਜਿਹੜੇ ਇਹਨਾਂ ਦੇ ਨਾਟਕ ਸੀਗੇ ਉਹ ਕੇਵਲ ਪੜ੍ਹਨ ਯੋਗ ਸੀ। ਤਾਂ ਇਸ ਕਰਕੇ ਇਹਨਾਂ ਦੇ ਨਾਟਕਾਂ ਨੂੰ ਉਹ ਮਹੱਤਤਾ ਪ੍ਰਾਪਤ ਨਹੀਂ ਹੋਈ ਜਿਹੜੀ ਕਿ ਨਾਟਕ ਨੂੰ ਪ੍ਰਾਪਤ ਹੋਣੀ ਚਾਹੀਦੀ ਸੀ। ਤਾਂ ਇਸ ਤਰ੍ਹਾਂ ਨਾਟਕ ਹੈ ਜਿਹੜਾ ਉਹ ਪੜ੍ਹਨ ਯੋਗ ਹੋਣ ਦੇ ਨਾਲ ਨਾਲ ਰੰਗਮੰਚ ਦੇ ਉੱਤੇ ਪੇਸ਼ ਕਰਨਾ ਬਹੁਤ ਹੀ ਜ਼ਰੂਰੀ ਹੈ। ਇਸ ਤਰ੍ਹਾਂ ਨਾਟਕ ਅਤੇ ਰੰਗਮੰਚ ਦਾ ਆਪਸ ਦੇ ਵਿੱਚ ਡੂੰਘਾ ਸੰਬੰਧ ਹੈ। ਤਾਂ ਸਾਹਿਤ ਦੇ ਭਿੰਨ ਭਿੰਨ ਰੂਪਾਂ ਵਿੱਚ ਨਾਟਕ ਆਪਣੇ ਮੂਲ ਤੱਤਾਂ, ਅਭਿਨੇਤਾ ਕਰਕੇ ਵਿਸ਼ਿਸ਼ਟ ਹੈ ਜੋ ਕਿ ਇਸ ਦੀ ਜਿੰਦ ਜਾਨ ਹੈ, ਭਾਵ ਨਕਲ। ਨਾਟਕ ਦੇ ਵਿੱਚ ਕਹਿੰਦੇ ਜੇਕਰ ਇਹ ਵਿਸ਼ੇਸ਼ਤਾ ਨਾ ਹੁੰਦੀ ਤਾਂ ਇਹ ਦੂਸਰੇ ਸਾਹਿਤ ਰੂਪਾਂ ਨਾਲੋਂ ਅਲੱਗ ਨਾ ਹੁੰਦਾ। ਸਾਹਿਤ ਦੇ ਰੂਪ ਕਿਹੜੇ ਨੇ? ਭਾਵ ਨਾਵਲ, ਕਹਾਣੀ, ਵਾਰਤਕ, ਨਿੱਕੀ ਕਹਾਣੀ। ਤਾਂ ਇਹਨਾਂ ਸਾਰੇ ਸਾਹਿਤ ਦੇ ਰੂਪਾਂ ਨਾਲੋਂ ਨਾਟਕ ਦੇ ਵਿੱਚ ਇੱਕ ਹੀ ਵੱਖਰਤਾ ਹੈ, ਉਹ ਹੈ ਇਸਦੇ ਰੰਗਮੰਚ। ਜਿਹੜਾ ਨਾਟਕ ਦਾ ਸੰਬੰਧ ਹੈ ਉਹ ਰੰਗਮੰਚ ਨਾਲ ਹੈ, ਜਦਕਿ ਜਿਹੜੇ ਹੋਰ ਸਾਹਿਤ ਦੇ ਰੂਪ ਨੇ ਉਹਨਾਂ ਦੇ ਵਿੱਚ ਰੰਗਮੰਚ ਹੈ ਜਿਹੜਾ ਉਹ ਨਹੀਂ ਹੁੰਦਾ। ਤਾਂ ਇਸ ਤਰ੍ਹਾਂ ਨਾਟਕ ਲਿਖਦਿਆਂ ਨਾਟਕ ਆਪਣੇ ਸਾਹਮਣੇ ਦਰਸ਼ਕ ਦੇ ਇੱਕ ਸਮੂਹ ਦੀ ਕਲਪਨਾ ਕਰਦਾ ਹੈ ਅਤੇ ਆਪਣੇ ਪਾਤਰਾਂ ਦੀ ਵਾਰਤਾਲਾਪ ਦਾ ਜੋ ਉਹ ਸੰਭਾਵਿਤ ਸਮੂਹ 'ਤੇ ਪ੍ਰਭਾਵ ਪੈਂਦਾ ਜਾਂ ਪ੍ਰਤੀਕਿਰਿਆ ਹੋ ਰਹੀ ਹੋਵੇ ਉਸ ਨੂੰ ਧਿਆਨ ਵਿੱਚ ਰੱਖਦਿਆਂ ਉਹ ਨਾਟਕ ਦਾ ਚਰਮ ਬਿੰਦੂ ਉਸਾਰਦਾ ਹੈ।
ਤਾਂ ਨਾਟਕ ਦੇ ਵਿੱਚ ਦੇਸ਼ ਕਾਲ ਦਾ ਚਿੱਤਰਨ ਸਾਜ ਸਮਾਨ ਦਿਖਾਵਾ ਕੇਵਲ ਰੰਗ ਮੰਚ ਦੀ ਮਦਦ ਨਾਲ ਹੀ ਪੇਸ਼ ਕੀਤਾ ਜਾਂਦਾ ਹੈ। ਜਿਹੜਾ ਨਾਟਕ ਰੰਗ ਮੰਚ ਦੇ ਉੱਤੇ ਪੇਸ਼ ਨਹੀਂ ਕੀਤਾ ਜਾਂਦਾ ਉਸ ਨੂੰ ਆਪਾਂ ਨਾਟਕ ਨਹੀਂ ਮੰਨ ਸਕਦੇ। ਤਾਂ ਰੰਗ ਮੰਚ ਦੇ ਨਾਲ ਨਾਲ ਇਹਨਾਂ ਨਾਟਕਾਂ ਦੇ ਲਈ ਤਿੰਨ ਏਕਤਾਵਾਂ ਦਾ ਹੋਣਾ ਜ਼ਰੂਰੀ ਹੈ, ਸਮਾਂ, ਸਥਾਨ ਅਤੇ ਕਾਰਜ ਦੀ ਏਕਤਾ। ਤਾਂ ਇਸ ਤਰ੍ਹਾਂ ਸ੍ਰੀ ਨੇਮ ਚੰਦਰ ਜੈਨ ਦਾ ਕਹਿਣਾ ਹੈ ਕਿ ਨਾਟਕ ਸਾਹਿਤ ਅਭਿਵਿਅਕਤੀ ਦੀ ਇੱਕ ਅਜਿਹੀ ਵਿਧੀ ਹੈ ਜੋ ਕੇਵਲ ਸਾਹਿਤ ਹੀ ਨਹੀਂ ਸਗੋਂ ਇਸ ਤੋਂ ਵੱਧ ਕੁਝ ਹੋਰ ਵੀ ਹੈ, ਕਿਉਂਕਿ ਇਸ ਦੀ ਰਚਨਾ ਪ੍ਰਕਿਰਿਆ ਕੇਵਲ ਲੇਖਕ ਦੁਆਰਾ ਲਿਖੇ ਜਾਣ ਨਾਲ ਹੀ ਖਤਮ ਨਹੀਂ ਹੋ ਜਾਂਦੀ, ਬਲਕਿ ਇਸ ਦਾ ਸੰਪੂਰਨ ਖੜਿਆਓ ਗ੍ਰਹਿਣ ਮੰਚ ਉੱਤੇ ਜਾ ਕੇ ਹੁੰਦਾ ਹੈ। ਭਾਵ ਕਿ ਨਾਟਕ ਦਾ ਜਿਹੜਾ ਕੰਮ ਹੈ ਉਹ ਕੇਵਲ ਲਿਖਣ ਤੱਕ ਹੀ ਖਤਮ ਨਹੀਂ ਹੋ ਜਾਂਦਾ, ਸਗੋਂ ਨਾਟਕ ਉਦੋਂ ਤੱਕ ਸਫਲਤਾ ਜਿਹੜੀ ਉਹ ਪ੍ਰਾਪਤ ਨਹੀਂ ਕਰ ਸਕਦਾ ਜਦੋਂ ਤੱਕ ਉਹ ਨਾਰੰਗ ਮੰਚ ਦੇ ਉੱਤੇ ਸਫਲਤਾਪੂਰਵਕ ਖੇਡਿਆ ਨਹੀਂ ਜਾਂਦਾ। ਤਾਂ ਇਸ ਪ੍ਰਕਾਰ ਨਾਟਕ ਦੇ ਤਿੰਨ ਮੂਲ ਪੱਖ ਮੰਨੇ ਗਏ ਨੇ ਜਿਹੜੇ ਕਿ ਇੱਕ ਨਾਟਕ ਦੇ ਲਈ ਜ਼ਰੂਰੀ ਨੇ। ਕਵੀ ਜਾਂ ਨਾਟਕਕਾਰ ਦੁਆਰਾ ਤਿਆਰ ਕੀਤੀ ਸੰਵਾਦਾਤਮਕ ਕਥਾ, ਅਭਿਨੇਤਿਆਂ ਦੁਆਰਾ ਉਸਦਾ ਅਭਿਨੈ ਪ੍ਰਦਰਸ਼ਨ ਅਤੇ ਦਰਸ਼ਕ ਵਰਗ ਭਾਵ ਵਾਰਤਾਲਾਪ, ਉਹਨਾਂ ਦੀ ਨਕਲ ਅਤੇ ਦਰਸ਼ਕ ਵਰਗ ਭਾਵ ਜੋ ਦੇਖਣ ਵਾਲੇ ਨੇ। ਤਾਂ ਨਾਟਕ ਸੰਬੰਧੀ ਕੋਈ ਵੀ ਚਰਚਾ ਇਹਨਾਂ ਪੱਖਾਂ ਨੂੰ ਇਕੱਠੇ ਰੱਖੇ ਬਿਨਾਂ ਨਿਆਂਪੂਰਨ ਨਹੀਂ ਹੋ ਸਕਦੀ, ਭਾਵ ਨਾਟਕ ਦੀ ਕਲਪਨਾ ਜਿਹੜੀ ਉਹ ਇਹਨਾਂ ਤਿੰਨਾਂ ਤੋਂ ਬਿਨਾਂ, ਤਿੰਨ ਮੂਲ ਪੱਖਾਂ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ। ਤਾਂ ਅਸਲ ਵਿੱਚ ਕਿਸੇ ਯੁੱਗ ਵਿੱਚ ਨਾਟਕ ਸਾਹਿਤ ਦੀ ਪ੍ਰਕਿਰਤੀ ਅਤੇ ਰਚਨਾ ਪੱਧਤੀਆਂ ਅਤੇ ਵਿਹਾਰਾਂ ਨੂੰ ਸਮਝਣ ਲਈ ਉਸ ਯੁੱਗ ਦੇ ਰੰਗ ਮੰਚ ਅਤੇ ਸਰੂਪ ਦੇ ਪ੍ਰਦਰਸ਼ਨ ਦੀਆਂ ਜਿਹੜੀਆਂ ਪਰਿਸਥਿਤੀਆਂ ਨੇ ਉਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਤਾਂ ਪੱਛਮ ਦੇਸ਼ਾਂ ਵਿੱਚ ਨਾਟਕ ਦੀ ਰਚਨਾ ਦੇ ਪਿੱਛੇ ਰੰਗ ਮੰਚ ਦੇ ਅਪ੍ਰਤੱਖ ਪ੍ਰਭਾਵ ਨੂੰ ਇੱਕ ਦਬਾਓ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਤਾਂ ਅਸਲ ਵਿੱਚ ਰੰਗ ਮੰਚ ਹੈ ਜਿਹੜਾ, ਰੰਗ ਮੰਚ ਦੇ ਕਾਰਜਸ਼ੀਲ ਹੋਣ ਨਾਲ ਹੀ ਲੇਖਕ ਦਾ ਜਿਹੜਾ ਨਾਟਿਆਤਮਕ ਅਨੁਭੂਤੀ ਨਾਲ ਲਗਾਤਾਰ ਸਪਸ਼ਟ ਸਾਹਮਣਾ ਹੁੰਦਾ ਰਹਿੰਦਾ, ਜਿਸ ਦੇ ਨਾਲ ਨਾਟਕਕਾਰ ਦੇ ਰੂਪ ਵਿੱਚ ਉਸਦੇ ਸਿਰਜਣਾਤਮਕ ਵਿਅਕਤੀਤਵ ਦੇ ਨਿਰਮਾਣ ਅਤੇ ਵਿਕਾਸ ਦੇ ਵਿੱਚ ਸਹਾਇਤਾ ਮਿਲਦੀ ਹੈ। ਤਾਂ ਇਹ ਰੰਗ ਮੰਚ ਦੀ ਹੀ ਇੱਕ ਸ਼ਕਤੀ ਹੈ ਜੋ ਨਾਟਕ ਨੂੰ ਉਚੇਰਾ ਉਠਾਉਂਦੀ ਹੈ। ਤਾਂ ਨਾਟਕ ਦੇ ਵਿੱਚ ਕਈ ਅਜਿਹੇ ਰੰਗ ਅਤੇ ਸੰਕੇਤ ਹੁੰਦੇ ਨੇ ਜੋ ਪਾਤਰਾਂ ਦੇ ਕਥਨਾਂ ਦੇ ਮੁਕਾਬਲੇ ਵਧੇਰੇ ਵਿਆਪਕ ਅਤੇ ਮਾਰਮਿਕ ਪ੍ਰਭਾਵ ਪਾਉਂਦੇ ਨੇ। ਤਾਂ ਨਾਟਕ ਦਾ ਪਾਠਕ ਉਹਨਾਂ ਤੋਂ ਵਾਂਝਾ ਰਹਿੰਦਾ, ਤਾਂ ਉਸ ਦੇ ਲਈ ਉਹ ਸੂਖਮ ਭਾਵ ਹੁੰਦੇ ਨੇ ਜਿਹੜੇ ਉਹ ਰੰਗ ਮੰਚ ਦੇ ਉੱਤੇ ਹੀ ਪੇਸ਼ ਕੀਤੇ ਜਾਂਦੇ ਨੇ। ਤਾਂ ਕਈ ਵਿਦਵਾਨ ਕਹਿੰਦੇ ਨੇ ਕਿ ਜਿਸ ਨਾਟਕ ਵਿੱਚ ਰੰਗ ਮੰਚ ਦੀ ਯੋਗਤਾ ਨਹੀਂ ਉਹ ਨਾਟਕ ਕਹਾਉਣ ਦਾ ਹੱਕਦਾਰ ਹੀ ਨਹੀਂ, ਭਾਵ ਨਾਟਕ ਦੇ ਲਈ ਰੰਗ ਮੰਚ ਦਾ ਹੋਣਾ ਜ਼ਰੂਰੀ ਹੈ। ਨਾਟਕ ਦਾ ਪ੍ਰਦਰਸ਼ਨ ਅਭਿਨੇਤਾ ਸਮੂਹ ਦੁਆਰਾ ਹੋਰਨਾਂ ਰੰਗ ਕਰਮੀਆਂ ਦੇ ਕਿਰਿਆਸ਼ੀਲ ਰਚਨਾਤਮਕ ਸਹਿਯੋਗ ਨਾਲ ਹੁੰਦਾ ਹੈ। ਇਹ ਸਾਰੇ ਅਭਿਨੇਤਾ ਨੇ ਜਿਹੜੇ ਉਹ ਨਾਟਕ ਨੂੰ ਤਾਂ ਹੀ ਖੇਡਦੇ ਨੇ ਜੇਕਰ ਉਹਨਾਂ ਕੋਲ ਇਹ ਰੰਗ ਮੰਚ ਹੈ ਜਿਹੜਾ ਉਹ ਹੋਵੇ। ਤਾਂ ਇਸ ਤਰ੍ਹਾਂ ਨਾਟਕ ਦੀ ਅਨੁਭੂਤੀ ਦੀ ਅਤੇ ਰਚਨਾ ਵਿਅਕਤੀਗਤ ਹੋ ਕੇ ਵੀ ਅਜਿਹੀ ਹੁੰਦੀ ਹੈ ਕਿ ਉਹ ਵਿਆਪਕ ਸਮੂਹਿਕ ਤੱਤ ਮੌਜੂਦ ਹੁੰਦੇ ਨੇ ਕਿ ਉਹਨਾਂ ਨੂੰ ਦੇਖਣ ਵਾਲੇ ਦਰਸ਼ਕਾਂ ਦੀ ਜਿਹੜੀ ਗਿਣਤੀ ਹੈ ਉਹ ਜ਼ਿਆਦਾ ਹੁੰਦੀ ਹੈ। ਨਾਟਕ ਅਨੁਭਵ ਦੇ ਸਮੂਹਿਕ ਪੱਖ ਦਾ ਇੱਕ ਹੋਰ ਪੱਧਰ ਹੈ, ਨਾਟਕ ਦਾ ਦਰਸ਼ਕ ਵਰਗ ਨਾਲ ਤਤਕਾਲੀ ਅਤੇ ਲਾਜ਼ਮੀ ਸੰਬੰਧ ਹੈ। ਭਾਵ ਕੀ ਹੈ ਕਿ ਨਾਟਕ ਦਾ ਰੰਗ ਮੰਚ ਦੇ ਨਾਲ, ਨਾਟਕ ਦਾ ਦਰਸ਼ਕ ਦੇ ਨਾਲ ਡੂੰਘਾ ਸੰਬੰਧ ਹੈ, ਕਿਉਂਕਿ ਜਿਹੜਾ ਦਰਸ਼ਕ ਹੈ ਉਹ ਬੈਠ ਕੇ ਨਾਟਕ ਨੂੰ ਦੇਖਦਾ ਹੈ ਅਤੇ ਨਾਟਕ ਦਾ ਆਨੰਦ ਮਾਣਦਾ ਹੈ, ਤਾਂ ਹੀ ਕੋਈ ਨਾਟਕ ਹੈ ਜਿਹੜਾ ਉਹ ਸਫਲਤਾਪੂਰਵਕ ਜਿਹੜੀ ਆਪਣੀ ਸਥਿਤੀ ਹੈ ਉਹ ਗ੍ਰਹਿਣ ਕਰਦਾ ਹੈ। ਤਾਂ ਇਸ ਤਰ੍ਹਾਂ ਕਵਿਤਾ ਅਤੇ ਗਲਪ ਸਾਹਿਤ ਦੇ ਉਲਟ ਨਾਟਕ ਦਾ ਦਰਸ਼ਕ ਇਕੱਲਾ ਨਹੀਂ ਸਗੋਂ ਸਮੂਹ ਦੇ ਰੂਪ ਵਿੱਚ ਰਚਨਾ ਦਾ ਆਨੰਦ ਲੈਣ ਲਈ ਹਾਜ਼ਰ ਹੁੰਦਾ ਹੈ। ਇਹ ਜ਼ਰੂਰੀ ਹੈ ਕਿ ਨਾਟਕ ਦੀ ਅਨੁਭੂਤੀ 3-4 ਘੰਟੇ ਦੇ ਸਮੇਂ ਲਈ ਬਿਨਾਂ ਕਿਸੇ ਵੱਡੇ ਵਕਫੇ ਦੇ ਸਮੂਹ ਦੀ ਉਤਸੁਕਤਾ ਨੂੰ ਲਗਾਤਾਰ ਜਗਾਈ ਰੱਖੇ। ਇੱਥੇ ਇਹਨਾਂ ਨੇ ਸਮੇਂ ਦੀ ਏਕਤਾ ਦੀ ਗੱਲ ਕੀਤੀ ਹੈ ਕਿ ਨਾਟਕ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਉਹ 7-8 ਘੰਟਿਆਂ ਦਾ ਲੰਮਾ ਹੋਵੇ, ਜਿਸ ਦੇ ਨਾਲ ਜਿਹੜਾ ਦਰਸ਼ਕ ਵਰਗ ਹੈ ਦੇਖਣ ਵਾਲਾ ਕਹਿੰਦੇ ਉਹ ਆਪਣਾ ਉਤਸੁਕਤਾ ਦੇ ਨਾਲ ਨਾਟਕ ਨੂੰ ਨਾ ਦੇਖ ਸਕੇ। ਤਾਂ ਇਸ ਤਰ੍ਹਾਂ ਨਾਟਕ ਵਿਅਕਤੀਗਤ ਅਨੁਭਵ ਦਾ ਪ੍ਰਗਟਾਵਾ ਹੋਣ ਦੇ ਨਾਲ ਨਾਲ ਭਿੰਨ ਭਿੰਨ ਸਮੁਦਾਵਾਂ, ਉਮਰਾਂ, ਵਰਗਾਂ, ਸਿੱਖਿਆ, ਦੀਕਸ਼ਾ
संसार संस्कार रुचियां मानतावां वाले स्त्रियां पुरुषां सारा लई रचा गया, भाव असीं सारे ही इकट्ठे बैठ के नाटक दा आनंद है जिहड़ा उह माणदे हां। तां उपरोक्त विचार तों स्पष्ट हुंदा है कि नाटक दा पूरा खड़ियाऊ अते संचार रंगमंच दे उत्ते ही हुंदा है। तां अभिनेता ने जिहड़े उह रंगमंच दे उत्ते ही अपना कार्ज करदे ने, ते रंगमंच तों बिना ही बिना कोई भी नाटक है जिहड़ा उह सफलतापूर्वक स्थिति है जिहड़ी उह नहीं ग्रहण कर। नाटककार अपने नाटक नूं रंगमंच उत्ते पेश करन लई रंगमंच उसारी पात्रां दी उमर शरीरक रूपरेखा पहरावा वातावरण आदि सारियां स्थितियां नूं बड़े ही ध्यान दे विच रखदा है, ते बड़े ही ध्यान दे विच रख के उन्हां सारियां चीज़ां नूं रंगमंच दे उत्ते पेश करदा है। इस प्रकार उह रंगमंच उसारी घटनावां दी घाट ते पात्रां दी चोण समें उन्हां दी रंगमंच योग्यता दा पूरा ख्याल रखदे ने, ते कई बार खेडण वालियां दा उह निर्देशन भी उह आप ही करदे ने। तां आधुनिक रंगमंच बहुत सारे असंभव प्रभाव आवाज़ ते रोशनी नाल ही पैदा कर दित्ते जांदे ने तां जो उह रंगमंच ते पूरी सफलता प्राप्त कर सकण। तां इस तरह नाटक ते रंगमंच दा डूंघा संबंध है। नाटक तों रंगमंच तों बिना नाटक दी जिहड़ी होंद है उह असंभव है। तां इस तरह इह सीगा नाटक ते रंगमंच दा आपसी संबंध। थैंक यू।